ਸਭ ਤੋਂ ਪਹਿਲੀ ਸੁਰਖੀ ਅੱਜ ਵੈਨਕੂਵਰ ਤੋਂ ਆ ਰਹੀ ਹੈ। ਵੈਨਕੂਵਰ ਤੋਂ ਇੱਕ ਖਬਰ ਬਹੁਤ ਚਰਚਾ ਦੇ ਵਿੱਚ ਬਣੀ ਹੈ ਕਿ ਵੈਨਕੂਵਰ ਦੇ ਵਿੱਚ ਔਰਤਾਂ ਨਾਲ ਛੇੜਛਾੜ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ। ਪਹਿਲੀ ਗੱਲ ਤਾਂ ਇਹ ਜਾਣ ਕੇ ਹੈਰਾਨੀ ਹੁੰਦੀ ਹੈ ਕਿ ਕੈਨੇਡਾ ਦਾ ਸੂਬਾ ਬ੍ਰਿਟਿਸ਼ ਕੋਲੰਬੀਆ ਅਤੇ ਬ੍ਰਿਟਿਸ਼ ਕੋਲੰਬੀਆ ਦਾ ਸ਼ਹਿਰ ਵੈਨਕੂਵਰ, ਉਹਦੇ ਵਿੱਚ ਔਰਤਾਂ ਦੇ ਨਾਲ ਛੇੜਛਾੜ ਹੁੰਦੀ ਹੈ। ਪਰ ਅੰਕੜੇ ਦੱਸ ਰਹੇ ਨੇ, ਵੈਨਕੂਵਰ ਪੁਲਿਸ ਡਿਪਾਰਟਮੈਂਟ ਨੇ ਅੱਜ ਜਿਹੜਾ ਡਾਟਾ ਸਾਹਮਣੇ ਲਿਆਂਦਾ ਉਹ ਦੱਸਦੇ ਆ ਕਿ ਪਿਛਲੇ ਦਿਨਾਂ ਦੇ ਵਿੱਚ ਇਹ ਛੇੜਛਾੜ ਦੀਆਂ ਘਟਨਾਵਾਂ ਦੁੱਗਣੀਆਂ ਹੋ ਗਈਆਂ। ਜੁਲਾਈ ਮਹੀਨੇ ਨੂੰ ਜੇਕਰ ਪਿਛਲੇ 2 ਸਾਲਾਂ ਦੇ ਨਾਲ ਕੰਪੇਅਰ ਕੀਤਾ ਜਾਵੇ ਤਾਂ ਉਹਦੇ ਤੋਂ ਲੈ ਕੇ ਹੁਣ ਤੱਕ ਦੁੱਗਣੀਆਂ ਘਟਨਾਵਾਂ ਵਾਪਰੀਆਂ। ਵੈਨਕੂਵਰ ਪੁਲਿਸ ਡਿਪਾਰਟਮੈਂਟ ਨੇ ਅੱਜ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਆ ਔਰ ਨਾਲ ਨਾਲ ਉਹਨਾਂ ਨੇ ਵਾਰਨਿੰਗ ਦਿੱਤੀ ਆ ਕਿ ਜਿਸ ਕਿਸਮ ਦੀਆਂ ਇਹਨਾਂ ਘਟਨਾਵਾਂ ਦੇ ਵਿੱਚ ਖਾਸ ਕਰ ਗ੍ਰੈਨਵਿਲ ਐਂਟਰਟੇਨਮੈਂਟ ਡਿਸਟ੍ਰਿਕਟ ਦੇ ਵਿੱਚ ਵਾਧਾ ਹੋ ਰਿਹਾ, ਇਹ ਸੱਚਮੁੱਚ ਚਿੰਤਾਜਨਕ ਨੇ। ਉਹ ਕਹਿੰਦੇ ਅਸੀਂ 129% ਵਾਧਾ ਦੇਖਿਆ ਸਟ੍ਰੇਂਜਰ ਸੈਕਸੁਅਲ ਅਸੋਲਟ ਦੇ ਵਿੱਚ ਜਿਹੜੇ ਜੁਲਾਈ ਮਹੀਨੇ ਦੇ ਵਿੱਚ ਰਿਪੋਰਟ ਕੀਤੇ ਗਏ ਆ, ਜੇ ਇਹਦੀ ਤੁਲਨਾ ਕੀਤੀ ਜਾਵੇ 2019 ਦੀ ਜੁਲਾਈ ਨਾਲ। 2 ਸਾਲਾਂ ਦੇ ਵਿੱਚ ਵਿੱਚ ਜੁਲਾਈ ਮਹੀਨੇ ਦੇ ਵਿੱਚ ਇੱਦਾਂ ਦੀਆਂ ਘਟਨਾਵਾਂ ਦੇ ਵਿੱਚ 129% ਵਾਧਾ ਹੋਇਆ। ਉਹਨਾਂ ਨੇ ਇਹ ਵੀ ਗੱਲਬਾਤ ਦੱਸੀ ਆ ਕਿ 167% ਵਾਧਾ ਸੈਕਸੁਅਲ ਅਸੋਲਟ ਦੇ ਵਿੱਚ ਸਿਰਫ ਗ੍ਰੈਨਵਲ ਐਂਟਰਟੇਨਮੈਂਟ ਡਿਸਟ੍ਰਿਕਟ ਦੇ ਵਿੱਚ ਹੋਇਆ, ਜਦੋਂ ਇਹਨੂੰ ਅਸੀਂ ਪਿਛਲੇ 3 ਸਾਲਾਂ ਦੀ ਐਵਰੇਜ ਦੇ ਨਾਲ ਕੰਪੇਅਰ ਕਰਦੇ ਹਾਂ। ਇਹ ਘਟਨਾਵਾਂ ਕਿਉਂ ਵੱਧ ਰਹੀਆਂ? ਅਣਜਾਣ ਲੋਕ ਬਿਲਕੁਲ ਔਰਤਾਂ ਨੂੰ ਸ਼ਰੇਆਮ ਉਹਨਾਂ ਦੇ ਨਾਲ ਉਸ ਤਰ੍ਹਾਂ ਦੀਆਂ ਹਰਕਤਾਂ ਕਰ ਰਹੇ ਆ ਔਰ ਇਹ ਬਹੁਤ ਚਿੰਤਾਜਨਕ ਨੇ। ਦੱਸਿਆ ਜਾ ਰਿਹਾ ਕਿ ਜੁਲਾਈ 1 ਤੋਂ ਬਾਅਦ ਹੀ 8 ਸੈਕਸੁਅਲ ਅਸੋਲਟ ਦੀਆਂ ਘਟਨਾਵਾਂ ਹੋਈਆਂ ਗ੍ਰੈਨਵਲ ਸਟ੍ਰਿਪ ਦੇ ਨੇੜੇ ਤੇੜੇ, ਜਿਨ੍ਹਾਂ ਦੇ ਵਿੱਚ ਬਲਾਤਕਾਰ ਅਤੇ ਰੇਪ ਜਾਂ ਰੇਪ ਵੀ ਸ਼ਾਮਲ ਆ। ਔਰ ਵੈਨਕੂਵਰ ਪੁਲਿਸ ਕਹਿ ਰਹੀ ਆ ਕਿ 16 ਰਿਪੋਰਟਸ ਸਟ੍ਰੇਂਜਰ ਸੈਕਸੁਅਲ ਅਸੋਲਟ ਦੀਆਂ ਪਿਛਲੇ ਮਹੀਨੇ ਦੇ ਵਿੱਚ ਹੋਈਆਂ, ਜਿਹੜੀਆਂ ਕਿ 10 ਸੀਗੀਆਂ ਜੁਲਾਈ 2020 ਦੇ ਵਿੱਚ ਅਤੇ 7 ਸੀਗੀਆਂ ਜੁਲਾਈ 2019 ਦੇ ਵਿੱਚ। ਸੋ ਸੈਕਸੁਅਲ ਅਸੋਲਟ ਦਾ ਨੰਬਰ ਅਸਲ ਦੇ ਵਿੱਚ ਦੱਸਿਆ ਜਾ ਰਿਹਾ ਕਿ ਜਿਹੜੇ ਅੰਕੜੇ ਇਹ ਵੈਨਕੂਵਰ ਪੁਲਿਸ ਡਿਪਾਰਟਮੈਂਟ ਦੱਸ ਰਿਹਾ ਉਹਦੇ ਤੋਂ ਕਿਤੇ ਜ਼ਿਆਦਾ ਆ, ਕਿਉਂਕਿ ਸਾਰੇ ਇਸ ਤਰ੍ਹਾਂ ਦੀਆਂ ਛੇੜਛਾੜ ਦੀਆਂ ਘਟਨਾਵਾਂ ਪੁਲਿਸ ਵਾਲਿਆਂ ਕੋਲ ਨਹੀਂ ਜਾਂਦੇ, ਰਿਪੋਰਟ ਨਹੀਂ ਕਰਦੇ, ਕਈ ਗੱਲਾਂ ਰਹਿ ਜਾਂਦੀਆਂ ਔਰ ਇਹ ਕਈ ਗੁਣਾ ਜ਼ਿਆਦਾ ਹੋ ਸਕਦਾ ਜਿਹੜਾ ਡਾਟਾ ਦੱਸਿਆ ਜਾ ਰਿਹਾ ਵੈਨਕੂਵਰ ਪੁਲਿਸ ਡਿਪਾਰਟਮੈਂਟ ਬਾਰੇ। ਤੁਹਾਨੂੰ ਯਾਦ ਹੋਊਗਾ ਥੋੜ੍ਹਾ ਚਿਰ ਪਹਿਲਾਂ ਅਸੀਂ ਇੱਕ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਸਰੀ ਦੇ ਵਿੱਚ ਸਰੀ RCMP ਨੇ ਵਾਰਨਿੰਗ ਜਾਰੀ ਕੀਤੀ ਸੀ, ਸਕੈਚ ਵੀ ਤੁਹਾਨੂੰ ਦਿਖਾਏ ਸੀ ਕਿ ਇਹਨਾਂ ਲੋਕਾਂ ਨੇ ਸਰੀ ਦੀਆਂ ਪਾਰਕਾਂ ਦੇ ਵਿੱਚ ਔਰਤਾਂ ਦੇ ਨਾਲ, ਕੁੜੀਆਂ ਦੇ ਨਾਲ ਬਦਤਮੀਜ਼ੀ ਕੀਤੀ ਆ, ਉਹਨਾਂ ਦੇ ਨਾਲ ਇਤਰਾਜ਼ਯੋਗ ਹਰਕਤਾਂ ਕੀਤੀਆਂ ਆ ਔਰ ਉਹਦੇ ਬਾਰੇ ਵੀ ਕੁਛ ਅੰਕੜੇ ਸਾਹਮਣੇ ਆਏ ਸੀ। ਹੁਣ ਸਰੀ ਤੋਂ ਬਾਅਦ ਵੈਨਕੂਵਰ ਦੇ ਵਿੱਚ ਡਾਟਾ ਸਾਹਮਣੇ ਆਉਣਾ ਕਿ 129 ਗੁਣਾ ਘਟਨਾਵਾਂ ਵੱਧ ਗਈਆਂ 2 ਸਾਲਾਂ ਦੇ ਵਿੱਚ ਵਿੱਚ, ਇਹ ਸੱਚਮੁੱਚ ਚਿੰਤਾਜਨਕ ਵੀ ਆ ਅਤੇ ਸਾਨੂੰ ਇਹਦੇ ਲਈ ਜ਼ਿਆਦਾ ਧਿਆਨ ਦੇਣ ਦੀ ਵੀ ਲੋੜ ਆ ਕਿ ਇਹ ਘਟਨਾਵਾਂ ਕਿਉਂ ਵਾਪਰ ਰਹੀਆਂ। ਵੈਨਕੂਵਰ ਪੁਲਿਸ ਡਿਪਾਰਟਮੈਂਟ, ਉਹਨਾਂ ਦਾ ਇੱਕ ਜਿਹੜਾ ਸੋਸ਼ਲ ਮੀਡੀਆ ਕੈਂਪੇਨ ਸੀ ਹੈਂਡਸ ਆਫ ਉਹਦਾ ਨਾਂ ਸੀ, ਉਹਨੂੰ ਦੁਬਾਰਾ ਲਾਂਚ ਕਰ ਰਿਹਾ ਹੈ। 2019 ਦੇ ਵਿੱਚ ਇੰਟਰੋਡਿਊਸ ਕੀਤੀ ਗਈ ਸੀ, ਮਕਸਦ ਇਹਦਾ ਇਹੀ ਸੀ ਇਸ ਕੈਂਪੇਨ ਦਾ ਕਿ ਅਵੇਅਰਨੈਸ ਫੈਲਾਉਣੀ ਕਿ ਬਿਨਾਂ ਕਿਸੇ ਦੀ ਮਰਜ਼ੀ ਤੋਂ ਕਿਸੇ ਦੇ ਨਾਲ ਸੈਕਸੁਅਲ ਕੰਟੈਕਟ ਕਰਨਾ ਇੱਕ ਸੈਕਸੁਅਲ ਅਸੋਲਟ ਆ, ਇਹ ਕ੍ਰਾਈਮ ਆ, ਇਹਨੂੰ ਇਸ ਤਰੀਕੇ ਦੇ ਨਾਲ ਨਹੀਂ ਕੀਤਾ ਜਾ ਸਕਦਾ। ਅਤੇ ਜਦੋਂ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਤੁਸੀਂ ਕੋਈ ਵੀ ਜੇਕਰ ਸੈਕਸੁਅਲ ਅਸੋਲਟ ਇੱਦਾਂ ਦਾ ਹੁੰਦਾ ਆ, ਤੁਸੀਂ ਇਹਨੂੰ 911 ਦੇ ਉੱਤੇ ਜਾਂ ਜਿਹੜਾ ਲੋਕਲ ਪੁਲਿਸ ਨੋਨ ਐਮਰਜੈਂਸੀ ਲਾਈਨ ਆ ਉਹਦੇ ਉੱਤੇ ਜਾ ਕੇ ਰਿਪੋਰਟ ਕਰ ਸਕਦੇ ਹੋ। ਸਿਟੀ ਆਫ ਵੈਨਕੂਵਰ ਇਸੇ ਸਮੇਂ ਦੇ ਵਿੱਚ ਇੱਕ ਸਰਵੇ ਲਾਂਚ ਕਰ ਰਿਹਾ ਆ ਤਾਂ ਕਿ ਜਿਹੜੀ ਜੈਂਡਰ ਬੇਸਡ ਹਰਾਸਮੈਂਟ ਆ ਜਾਂ ਸੈਕਸੁਅਲ ਅਸੋਲਟ ਆ ਪਬਲਿਕ ਸਪੇਸ ਦੇ ਉੱਤੇ ਇਹਨੂੰ ਜ਼ਿਆਦਾ ਚੰਗੀ ਤਰ੍ਹਾਂ ਸਮਝਿਆ ਜਾ ਸਕੇ, ਜਾਂ ਔਰਤਾਂ ਦੇ ਉੱਤੇ ਜਿਹੜੀ ਵਾਇਲੇਸ਼ਨ ਹੁੰਦੀ ਆ ਵਾਇਲੈਂਸ ਹੁੰਦੀ ਆ ਉਹਨੂੰ ਘਟਾਉਣ ਦੇ ਲਈ ਇਹਨੂੰ ਸਮਝਿਆ ਜਾ ਸਕੇ। ਸੋ ਇਸ ਜਿਹੜਾ ਇੱਕ ਸਰਵੇ ਆ ਇਹਦੇ ਵਿੱਚ ਵੀ ਪਾਰਟੀਸਪੇਟ ਕਰਨ ਦੀ ਗੱਲ ਕੀਤੀ ਜਾ ਰਹੀ ਆ ਕਿ ਤਾਂ ਕਿ ਇਸ ਤਰ੍ਹਾਂ ਦੀ ਵਾਇਲੈਂਸ ਜਿਹੜੀ ਵੈਨਕੂਵਰ ਦੇ ਵਿੱਚ ਹੋ ਰਹੀ ਆ ਜਾਂ ਇਹਦੇ ਆਲੇ ਦੁਆਲੇ ਵਾਪਰ ਰਹੀ ਆ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਘਟਾਇਆ ਜਾ ਸਕੇ। ਬਹੁਤ ਸਾਰੀਆਂ ਐਗਜ਼ਾਮਪਲ ਨੇ ਇਹਦੀਆਂ, ਅਨਵਾਂਟਡ ਟੱਚਿੰਗ, ਕਿਸੇ ਨੂੰ ਜਾਣ ਕੇ ਹੱਥ ਲਾ ਦੇਣਾ, ਕੈਟ ਕਾਲਿੰਗ, ਉਹਨੂੰ ਫੋਲੋ ਕਰਨਾ, ਕਿਸੇ ਨੂੰ ਉਸ ਤਰ੍ਹਾਂ ਦੇ ਕਮੈਂਟ ਕਰਨੇ, ਰੇਸਿਸਟ ਹਰਾਸਮੈਂਟ, ਇਹ ਸਾਰਾ ਕੁਛ ਇਹਦੇ ਵਿੱਚ ਸ਼ਾਮਿਲ ਆ। ਔਨਲਾਈਨ ਸਰਵੇ ਦੇ ਵਿੱਚ ਸਾਰਿਆਂ ਨੂੰ ਪਾਰਟੀਸਪੇਟ ਕਰਨਾ ਚਾਹੀਦਾ, ਪਰ ਔਰਤਾਂ ਦੇ ਨਾਲ ਹੋਣ ਵਾਲੀਆਂ ਇਹਨਾਂ ਛੇੜਛਾੜ ਦੀਆਂ ਘਟਨਾਵਾਂ ਨੇ ਔਰ ਇਸ ਇਹਨਾਂ ਘਟਨਾਵਾਂ ਵਿੱਚ ਹੋਏ ਕਈ ਗੁਣਾ ਵਾਧੇ ਨੇ ਲੋਕਾਂ ਦੇ ਵਿੱਚ, ਚਿੰਤਾ ਜ਼ਰੂਰ ਪੈਦਾ ਕਰ ਦਿੱਤੀ ਹੈ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।